ਦੇਸ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦਿਨਿਕ ਸੂਰਾ ਟਾਈਮਸ ਕਿਸਾਨ ਦਿੱਲੀ ਦੇ ਚਾਰੋਂ ਪਾਸੇ ਬਾਰਡਰ ਤੇ ਬੈਠੇ ਹੋਏ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਹੱਲ ਕਿਦਾਂ ਨਿਕਲੇ ਇਹਨੂੰ ਲੈ ਕੇ ਪੰਜਾਬ ਬੀਜੇਪੀ ਦੇ ਸੀਨੀਅਰ ਆਗੂ ਜਿਹੜੇ ਨੇ ਸੁਰਜੀਤ ਜਾਨੀ ਤੇ ਐਚਐਸ ਗਰੇਵਾਲ ਇਹਨਾਂ ਨੇ ਮੁਲਾਕਾਤ ਕੀਤੀ ਅਮਿਤ ਸ਼ਾਹ ਦੇ ਨਾਲ ਗੱਲਬਾਤ ਕਾਫੀ ਹੋਈ ਹੈ ਮੀਟਿੰਗ ਵੀ ਜਲਦੀ ਕਿੱਤੀ ਜਾਏਗੀ ਗੱਲਬਾਤ ਕਰਾਂਗੇ ਯਾਨੀ ਸਾਹਿਬ ਕੱਲ ਤੁਹਾਡੀ ਕਾਫੀ ਗੱਲਬਾਤ ਹੋਈ ਕੀ ਕੁਝ ਨਿਕਲ ਕੇ ਆਇਆ ਕੱਲ ਅਸੀਂ ਮਨਸ਼ਾਜੀ ਨੂੰ ਮਿਲ ਲੇ ਸੀਗੇ ਔਰ ਸਾਰੇ ਜਥੇਬੰਦੀਆਂ ਨਾਲ ਜਿਹੜੀ ਹੈ ਜਿੰਨਾਂ ਦੇ ਆਗੂ ਹੈ ਤੇ ਉਹਨਾਂ ਨਾਲ ਟੈਲੀਫੋਨ ਤੇ ਗੱਲ ਕਰਾ ਕੇ ਔਰ ਬੜੇ ਅੱਛੇ ਮਾਹੌਲ ਦੇ ਨਾਲ ਗੱਲ ਹੋਈ ਹੈ ਔਰ ਉਹਦੇ ਵਿੱਚ ਮਨਸ਼ਾਜੀ ਨੇ ਕਿਹਾ ਸੀ ਕਿ ਵੀ ਆਪਾਂ ਮੀਟਿੰਗ ਕੋਈ 10 ਤਾਰੀਖ ਜ਼ਰੂਰੀ ਨਹੀਂ ਹੈ ਆਪਾਂ ਪਹਿਲੇ ਮੀਟਿੰਗ ਕਰ ਲੈਂਦੇ ਆ ਤੇ ਜਥੇਬੰਦੀਆਂ ਨੇ ਕਿਹਾ ਵੀ ਤੁਸੀਂ ਸਾਨੂੰ ਚਿੱਠੀ ਭੇਜ ਦਿਓ ਤੇ ਅਸੀਂ ਆਪਦੀ ਮੀਟਿੰਗ ਕਰਕੇ ਤੇ ਤੁਹਾਨੂੰ ਦੱਸ ਦਿੰਨੇ ਆ ਤਾਂ ਹੁਣ ਜਥੇਬੰਦੀਆਂ ਦੀ ਗੱਲ ਹੈ ਅੱਜ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਔਰ ਜੋ ਟਾਈਮ ਜੋ ਤਾਰੀਖ ਦੇਣਗੇ ਤਾਂ ਉਹ ਮੀਟਿੰਗ ਜਿਹੜੀ ਹੈ ਉਹ ਹੋ ਪਾਏਗੀ ਜਿੱਥੇ ਬੰਦੀਆਂ ਭਾਵੇਂ ਕੱਲ ਪਰਸੋਂ ਜਦੋਂ ਚਾਹ ਉਹ ਜਿੱਥੇ ਬੰਦੀਆਂ ਦੀ ਮਰਜ਼ੀ ਹੈ ਭਾਵੇਂ ਕੱਲ ਕਰ ਲੈਣ ਭਾਵੇਂ ਪਰਸੋਂ ਕਰ ਲੈਣ ਉਹ ਜਿੱਥੇ ਬੰਦੀਆਂ ਦਾ ਆਪ ਦਾ ਫੈਸਲਾ ਦੇਣਾ ਹੈ ਅਮਿਤ ਸ਼ਾ ਜੀ ਕੋਣ ਚਿੱਠੀ ਜਿਹੜੀ ਹੈ ਉਹਨਾਂ ਕੋਲ ਚਲੀ ਗਈ ਹੈ ਉਹਨਾਂ ਨੇ ਬੈਠਕ ਕਰਕੇ ਤਾਂ ਆਪ ਦਾ ਜੋ ਟਾਈਮ ਦੇਣ ਕੋ ਸਟੇ ਮੀਟਿੰਗ ਫਿਕਸ ਹੋ ਜਾਊਗਾ ਅਮਿਤ ਸ਼ਾ ਹੁਰਾ ਦੇ ਜਿਹੜਾ ਕੱਲ ਇੱਕ ਬਿਆਨ ਆਇਆ ਸੀ ਕਿ ਪਹਿਲਾਂ ਬੁੜਾੜੀ ਦੇ ਵਿੱਚ ਆਓ ਉਸ ਤੋਂ ਬਾਅਦ ਅੱਗੇ ਗੱਲਬਾਤ ਕੀਤੀ ਜਾਏਗੀ ਤੇ ਉਹ ਕਹੇ ਕਿ ਪਹਿਲਾਂ ਅੰਦਰ ਕਿਉਂ ਸੱਦਿਆ ਜਾ ਰਿਹਾ ਕਿਸਾਨੇ ਕਹਿ ਰਹੇ ਨੇ ਸਾਨੂੰ ਅਸੀਂ ਤਾਂ ਬਾਹਰ ਉਹਦੇ ਬਾ ਮਤਲਬ ਆ ਸਰਦੀ ਹੈ ਬਜ਼ੁਰਗ ਵੀ ਹੈ ਮਾਤਾਵਾਂ ਪੈਣਾ ਉੱਥੇ ਪਕਾਣਾ ਖਾਣਾ ਬੈਣਾ ਬੜਾ ਔਖਾ ਹੈ ਐਸੇ ਦੀ ਅਸੀਂ ਤਾਂ ਉਹ ਕਿਸਾਨਾਂ ਦੀ ਚਿੰਤਾ ਕਰਦੇ ਹੋ ਵੀ ਖੁੱਲੇ ਮੈਦਾਨ 'ਚ ਬਹਿ ਜਾਓ ਆਰਾਮ ਨਾਲ ਰਿਲੈਕਸ ਹੋ ਕੇ ਆਜੋ ਆਪਾਂ ਗੱਲ ਕਰ ਲੈਣਾ ਇਹ ਗੱਲ ਇਹਦੇ ਵਿੱਚ ਬਾਕੀ ਇਹਦੇ ਵਿੱਚ ਰਾਜਨੀਤੀ ਕਾਫੀ ਚੱਲ ਰਹੀ ਹੈ ਮਨੋਲਾਲ ਖੱਟਰੋ ਦਾ ਬਿਆਨ ਹੈ ਕਿ ਖਾਲਿਸਤਾਨੀ 엘ਮੈਂਟ ਦੇ ਵਿੱਚ ਬੈਠੇ ਹੋਣੇ ਕੈਪਟਨ ਸਾਹਿਬ ਉਹਨਾਂ ਤੇ ਕਟਾਕਸ਼ ਕਰ ਰਹੇ ਨੇ ਇਸ ਤਰ੍ਹਾਂ ਦੇ ਬਿਆਨ ਖੱਟਰ ਸਾਹਿਬ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ ਖੱਟਰ ਸਾਹਿਬ ਨੇ ਦੇਖੋ ਕਿਸਾਨਾਂ ਵਾਸਤੇ ਕੁਝ ਨਹੀਂ ਹੈ ਜੀ ਗੱਲ ਕਿਸੇ ਵੀ ਸਾਡੇ ਰਾਜਨੀਤੀ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਨੇਤਾਂ ਨੇ ਕਦੇ ਕੋਈ ਗੱਲ ਨਹੀਂ ਕਿਸਾਨ ਆਂਦਾ ਤਾ ਹੈ। ਔਰ ਇਸ ਤਰ੍ਹਾਂ ਕੋਈ ਵੀ ਚ ਈਸrarਤੀ ਜਿਵੇਂ ਆਪਾਂ ਮੇਲੇ ਚ ਜਾਂਦੇ ਤੇ ਜੇਬ ਕਤਰੇ ਆਏ ਵੀ ਜਾਂਦੇ ਆ। ਤਾਂ ਉੱਥੇ ਅਗਰ ਕਹੇ ਵੀ ਜੇਬ ਕਤਰੇ ਗੁੰਮਰੇ ਆ ਤਾਂ ਆ ਮਤਲਬ ਨਹੀਂ ਵੀ ਸਾਰੇ ਕੋਈ ਮੇਲੇ ਚ ਗੁੰਮਰੇ ਆ। ਉਹ ਜੋ ਪਾਰਟਿਕੂਲਰ ਬੰਦੇ ਉਹਨਾਂ ਵਾਸਤੇ ਕਿਹਾ ਜਾਂਦਾ ਕਿਸਾਨਾਂ ਵਾਸਤੇ ਇਹ ਕਿਸਾਨਾਂ ਦਾ ਜਲਸਾ ਹੈ। ਬਿਲਕੁਲ ਕਿਸਾਨਾਂ ਦੀ ਜਿਹੜੀ ਰੈਲੀ ਹੈ ਕਿਸਾਨ ਜੱਥੇਬੰਦੀ ਆਈਆਂ ਹੋਈਆਂ ਕਿਸਾਨ ਜਿਹੜਾ ਆਪਣੀ ਗੱਲ ਲੈ ਕੇ ਆਇਆ ਔਰ ਕਿਸਾਨ ਸਾਡਾ ਅੰਦਾਜ਼ਾ ਹੈ ਸਾਡੇ ਨੇਤਾਵਾਂ ਨੇ ਸਾਡੇ ਲੀਡਰ ਨੇ ਇਹ ਗੱਲ ਕਹੀ ਹੈ ਔਰ ਇਹ ਗੱਲ ਕਹਿਣਾ ਵੀ ਉਗਰਵਾਦੀ ਜਾਂ ਇਹ ਗੱਲ ਨਹੀਂ ਆਉਦੇ ਵਿੱਚ ਹੋ ਸਕਦਾ ਹੈ ਕੋਈ ਸਰਾਰਤੀ ਅੰਸਰ ਆਪਣੇ ਨਾਲ ਸਰਾਰਥ ਨਾ ਕਰ ਜੇ ਅਨਾਉਂਸਮੈਂਟ ਵੀ ਹੁੰਦੀ ਰਹਿੰਦੀ ਹੈ ਮੇਲੇਾਂ 'ਚ ਸਾਵਧਾਨ ਰਹਿਣਾ ਜੇਬ ਕਤ ਰਹੇ ਤਾਂ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਕਿਸਾਨਾਂ ਵਾਸਤੇ ਕਦੇ ਵੀ ਕੋਈ ਅਜੀ ਗੱਲ ਨਹੀਂ ਹੋਈ ਨਾ ਇੱਕ ਅਮਿਤ ਸ਼ਾ ਹੋ ਰਾਂ ਬੈਠਕ 'ਚ ਰਹਿਣਗੇ ਦੇ ਨਾਲ ਰਾਜਨਾਥ ਸਿੰਘ ਜਾਂ ਕੌਣ-ਕੌਣ ਹੋਏਗਾ ਤੇ ਕਿੰਨੇ ਕੁ ਹੋਏਗਾ ਗੱਲ ਗਲਬਾਤ ਹੈ ਦੇਖੋ ਜੀ ਗੱਲ ਜੇ ਮੈਂ ਇੱਥੇ ਹੋਰ ਕਰ ਰਿਹਾ ਬਾਤਾਂ ਚੇਂਜ ਥੋੜੀ ਦਿਰ ਬਾਦੋਂ ਹੋਰ ਹੋ ਜਾਂਦੀ ਐ ਅਮਿਤ ਸਿੰਘ ਜੀ ਨੇ ਗੱਲ ਕਹੀ ਸੀ ਅਸੀਂ ਰਾਜਨਾਥ ਜੀ ਰਸੀਂ ਸਾਰੇ ਬੈਠ ਕੇ ਜਿੱਥੇ ਬੰਦੇ ਨੇ ਤੁਹਾਡਾ ਫੈਸਲਾ ਕਰਵਾ ਦਿਆਂਗੇ ਲੱਗਦਾ ਹੁਣ ਕੁਝ ਹੱਲ ਨਿਕਲੇਗਾ ਇਹਦਾ ਕਿਉਂਕਿ ਕਾਫੀ ਦਿਨ ਹੋ ਗਏ ਜਦੋਂ ਦਿੱਲੀ ਆ ਗਏ ਅਮਿਤ ਸਿੰਘ ਜੀ ਦੇ ਨਾਲ ਜਦੋਂ ਗੱਲ ਹੋਏਗੀ ਔਰ ਰਾਜਨਾਥ ਜੀ ਵਗੈਰਾ ਸਾਰੇ ਸਲਾਹ ਕਰਕੇ ਗੱਲ ਕਰਨਗੇ ਤਾਂ ਅਸੀਂ ਸਾਡੀ ਸਰਕਾਰ ਵੀ ਕਿਸਾਨਾਂ ਦੇ ਹਿੱਤ ਵਿੱਚ ਐ ਔਰ ਕਿਸਾਨ ਜਥੇਬੰਦੀਆਂ ਵੀ ਕਿਸਾਨਾਂ ਦੇ ਹਿੱਤ ਵਿੱਚ ਐ ਤਾਂ ਫਿਰ ਇਹ ਗੱਲ ਨਹੀਂ ਹੋ ਸਕਦੀ ਕਿ ਫੈਸਲਾ ਨਾ ਹੋਵੇ ਕਿਸਾਨਾਂ ਦੇ ਹਿੱਤ ਦੀ ਗੱਲ ਐ ਤੇ ਇਹ 2 ਮਿੰਟ ਲੱਗੀ ਫੈਸਲਾ ਹੋ ਜੂਗਾ ਜੇ ਮੁੱਛ ਦਾ ਸਵਾਲ ਹੋਵੇ ਪਰ ਫਿਰ ਤੁਹਾਨੂੰ ਪਤਾ ਹੈ ਜਿਹੜੀ ਗੱਲ ਮੁਸ਼ਕਿਲ ਹੁੰਦੀ ਹੈ ਮਤਲਬ ਅਗਲੇ 2-3 ਦਿਨ ਦੇ ਵਿੱਚ ਹੱਲ ਹੀ ਤਾਂ ਨਿਕਲ ਸਕਦਾ ਪੱਕਾ ਨਿਕਲੇਗਾ ਹਲ ਪੱਕਾ ਨਿਕਲੇਗਾ ਜੇ ਆ ਮੀਟਿੰਗ ਹੋ ਜੇ ਇਹ ਜੱਥੇਬੰਦੀਆਂ ਮੀਟਿੰਗ ਕਰ ਰਹੀ ਹੈ ਉਹ ਤਰੀਕ ਦੇ ਦੇਣ ਅੱਜ ਦੀ ਦੇ ਅੱਜ ਕੱਲ੍ਹ ਕਹਿ ਦੇਣ ਪਰਸੋਂ ਕਹਿ ਦੇਣ ਜਦੋਂ ਮੀਟਿੰਗ ਰੱਖੀ ਜਾਏਗੀ ਬਿਲਕੁਲ ਜੱਥੇਬੰਦੀਆਂ ਮੀਟਿੰਗ ਕਰਕੇ ਫੈਸਲਾ ਕਰਨ ਗਿਆ ਬੈਠਕ ਕਦੋਂ ਕਰਨੀ ਹੈ ਤੇ ਅਮਿਤ ਸ਼ਾ ਹੋਰਾ ਰੈਡੀ ਬੈਠੇ ਨੇ ਮੀਟਿੰਗ ਜਦੋਂ ਵਰਜੀ ਬੁਲਾ ਲਈ ਜਾਏ दिल्ली तो कह रहा हूं लक्षण लेते हैं वन देन एक्सप्लोरेट टीवी ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटे विच समाधान फ्री 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 मिया रफीक मोहम्मद मोबाइल 8473949647 8473949648